ਵੌਇਲ ਸਮਾਚਾਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਕਿਉਂਕਿ ਸਾਡਾ ਚੈਨਲ ਇੱਕ ਬਹੁਤ ਛੋਟਾ ਜਿਹਾ ਚੈਨਲ ਹੈ ਤੇ ਤੁਹਾਡੀ ਸਬਸਕ੍ਰਿਪਸ਼ਨ ਦੇ ਨਾਲ ਸਾਡੇ ਚੈਨਲ ਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ ਤਾਂ ਕਿ ਤੁਹਾਨੂੰ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦੀ ਰਹੇ ਹੁਣ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਨਿਊਜ਼ ਤੇ ਅੱਜ ਦਾ ਅਪਡੇਟ सब तो पहला देखते हैं आपका कि वर्ल्ड में हूं तक किरोना वायरस केसिज़ आए हैं हूँ तक पिछले चौबी घंटिया तक इंडिया सॉरी पूरे वर्ल्ड तीन लाख बारह हज़ार तिरानवे नवे केस आए हैं तो पांच हज़ार पांच सौ उन्जा डैथ हुई हैं। जी आप गल करिए इंडिया की तो इंडिया, दे इंडिया दे पिछले के पिछले चौबी घंटे बहत्तर हज़ार एक सौ छे केस आया नौ सौ कानवे डैथ हुई हैं अं तो टोटल डैथ इंडिया एक लाख तो हो चुकियां इंडिया एक्टिव केस नौ अठ हज़ार तीन सौ पैंती है ਸ਼ੁਰੂ ਕਰਦੇ ਹਾਂ ਆਪਾਂ ਯੂਕੇ ਯੂਕੇ ਤੋਂ ਨਿਊਜ਼ ਆ ਰਹੀ ਹੈ ਕਿ ਲੰਡਨ ਦੇ ਇੱਕ ਫਲੈਟ ਦੇ ਵਿੱਚ ਇੱਕ 3 ਸਾਲਾਂ ਦੇ ਬੱਚੇ ਤੇ ਉਸਦੇ ਮਾਤਾ-ਪਿਤਾ ਦੀ ਮੌਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਲੇਡੀ ਜਿਹੜੀ ਸੀਗੀ ਉਹ ਦਾ ਉਹ 36 ਸਾਲ ਦੀ ਸੀ ਤੇ ਉਸ ਦਾ ਜਿਹੜਾ ਪਤੀ ਸੀ 42 ਸਾਲ ਦਾ ਸੀ ਤੇ ਉਸ ਨੂੰ ਚ ਉਹ ਚਾਕੂ ਦੇ ਜਖਮਾਂ ਦੇ ਨਾਲ ਕੱਟਣਾ ਸਥਾਨ ਤੇ ਮਿਲਿਆ ਤੇ ਉਸੇ ਮੌਕੇ ਤੇ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ इस घटना तो बाद रिश्तेदार सूचित कर दिया गया है तो पोस्टमार्टम की रिपोर्ट तो बाद पता लगेगा कि ये किस तरह हुई है डैथ लेडी का नाम पूर्णा तो उसके पति का नाम कैलाश सी तो पुलिस के अकॉर्डिंग की ना वो काफ़ी चिर कुछ समय तो पहला ही मार चुके मामले में पुलिस ने शुरुआत ਮਤਲਬ ਕਿ 4 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਨੂੰ 4 ਅਕਤੂਬਰ ਨੂੰ ਇੱਕ ਪਰਿਵਾਰਿਕ ਮੈਂਬਰ ਦਾ ਫੋਨ ਆਇਆ ਸੀ ਜਿਸ ਤੇ ਵਿੱਚ ਉਹਨਾਂ ਨੇ ਪੂਰਨਾ ਜਿਹੜੀ ਇੱਕ ਲੇਡੀ ਸੀ ਜਿਹੜੀ ਉਸੇ ਬਾਰੇ ਮਤਲਬ ਕਿ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਸੀ ਤੇ ਫਿਰ ਅਧਿਕਾਰੀਆਂ ਨੂੰ ਸੋਮਵਾਰ ਨੂੰ ਉਹਨਾਂ ਨੇ ਜਿਹੜਾ ਉਹਨਾਂ ਦਾ ਐਡਰੈਸ ਦਿੱਤਾ ਸੀ ਉਸ ਪਤੇ ਤੇ ਗਏ ਪਰ ਉੱਥੋਂ ਕੋਈ ਜਵਾਬ ਨਹੀਂ ਮਿਲਿਆ ਜਿਵੇਂ ਜਿਵੇਂ ਦਿਨ ਵਧਦੇ ਗਏ ਤੇ ਪੁਲਿਸ ਦੀ ਚਿੰਤਾ ਵੀ ਤੇਜ਼ ਹੁੰਦੀ ਗਈ ਤੇ ਫਿਰ ਇੱਕ ਦਿਨ ਉਹਨਾਂ ਨੇ ਘਰ ਵਿੱਚ ਧੱਕੇ ਨਾਲ ਦਾਖਲ ਹੋਣ ਲਈ ਮਜਬੂਰ ਹੋਣਾ ਪਿਆ ਤੇ ਜਦੋਂ ਉਹ ਘਰ ਵਿੱਚ ਦਾਖਲ ਹੋਏ ਤਾਂ ਉਹਨਾਂ ਨੇ ਦੇਖਿਆ ਕਿ ਕਿ ਉਹ ਵਿਅਕਤੀ ਨੇ ਖੁਦ ਨੂੰ ਚਾਕੂ ਨਾਲ ਜ਼ਖਮੀ ਕਰ ਲਿਆ ਸੀ ਤੇ ਜਿਸ ਨਾਲ ਉਸ ਦੀ ਮੌਤ ਹੋ ਗਈ ਤੇ ਇਸ ਘਟਨਾ ਦੇ ਨਾਲ ਜਿਹੜੇ ਉੱਥੇ ਦੇ ਸਥਾਨਕ ਵਾਸੀ ਹੈ ਉਹਨਾਂ ਨੂੰ ਕਾਫੀ ਦੁੱਖ ਤੇ ਸੰਨੇ ਵਿੱਚ ਹਨ इस तु तो बाद अगली न्यूज आ रही है कि करोना वायरस के करके यूके दा आ काम ज माहौल है, है बहुत ख़राब हो रहा है तो सैकड़ों लोग अपन नौकरियां गवा चुके हैं बाकियाँ होरते भी खतरा मंडरा रहा है इसके कारण की है कि यूके दी सौ भी, भी अंत तक पां लख तो भी वो नौकरियों की घाट हो सकती है ਇਸ ਥਾਨਕ ਜਿਹੜੀ ਲੋਕਡਾਊਨ ਕਰਕੇ ਰਾਤ ਨੂੰ ਦੇ 10 ਵਜੇ ਤੱਕ ਕਰਫਿਊ ਤੇ ਹੋਰ پابੰਦੀਆਂ ਕਰਕੇ ਪਬ ਬਾਰ ਰੈਸਟੋਰੈਂਟ ਤੇ ਪਾਪਾ ਨੂੰ ਕਾਫੀ ਪ੍ਰਭਾਵਿਤ ਕਰ ਰਹੀਆਂ ਹਨ ਤੇ ਇਸ ਮੁਤਾਬਕ ਇੱਕ ਬਹੁਤ ਵੱਡਾ ਖਤਰਾ ਹੈ ਜਿਸ ਨਾਲ ਮਤਲਬ ਕਿ ਉੱਥੇ ਦੀ ਆਰਥਿਕਤਾ ਨੂੰ ਆਰਥਿਕਤਾ ਨੂੰ ਕਾਫੀ ਖਤਰਾ ਪੈਦਾ ਹੋ ਸਕਦਾ ਹੈ ਇਸ ਵਾਰ ਅਗਲੀ ਨਿਊਜ਼ ਹੈ ਕਿ ਬ੍ਰਿਟੇਨ ਸਰਕਾਰ ਵੱਲੋਂ ਜਦੋਂ ਕੋਈ 올ਡੇਜ ਦੇ ਵਿੱਚ ਬੁਢਾਪੇ ਵਿੱਚ ਨਾਗਰਿਕਾਂ ਨੂੰ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਪੈਨਸ਼ਨ ਦਿੱਤੀ ਜਾਂਦੀ ਹੈ ਉਹ ਸਹੂਲਤ ਲੈਣ ਦੇ ਲਈ ਇੱਕ ਉਮਰ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ ਜਿਸ ਵਿੱਚ ਸਮੇਂ ਮੁਤਾਬਕ ਤਬਦੀਲੀ ਵੀ ਕੀਤੀ ਜਾਂਦੀ ਹੈ ਇਸ ਸੇਵਾ ਵਿੱਚ ਹੋਈ ਨਵੀਂ ਤਬਦੀਲੀ ਮੁਤਾਬਕ ਬ੍ਰਿਟੇਨ ਵਿੱਚ ਪੁਰਸ਼ ਤੇ ਇਸਤਰੀਆਂ ਨੂੰ ਇਸ ਲਾਭ ਲੈਣ ਲੈਣ ਦੇ ਲਈ ਮੰਗਲਵਾਰ ਨੂੰ 66 ਸਾਲ ਦੀ ਉਮਰ ਹੋਣ ਤੱਕ ਤਾਂ ਇੰਤਜ਼ਾਰ ਕਰਨਾ ਪਵੇਗਾ ਇਸ ਤੋਂ ਪਹਿਲਾਂ 10 ਸਾਲ ਪਹਿਲਾਂ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੂੰ ਪੈਨਸ਼ਨ ਦਾ ਦਾਵਾ 10 ਸਾਲ ਤੇ ਕਰ ਸਕਦੀਆਂ ਸੀ ਤੇ ਜਿਹੜੇ ਮਰਦ ਸੀ ਉਹ 65 ਸਾਲ ਦੀ ਉਮਰ ਵਿੱਚ ਪੈਨਸ਼ਨ ਦੇ ਲਈ ਆਪਣਾ ਦਾਵਾ ਕਰ ਸਕਦੇ ਸਨ ਤੇ ਹੁਣ ਜਿਹੜੀ ਚੇਂਜਸ ਆਈ ਹੈ ਉਹਦੇ ਮੁਤਾਬਕ ਦੋਨਾਂ ਦੀ ਉਮਰਾਂ ਦੀ ਸੰਬੰਧੀ ਜਿਹੜੀ ਯੋਗਤਾ ਨੂੰ ਇੱਕ ਹੀ ਕ੍ਰਮ ਵਿੱਚ ਲਿਆਇਆ ਗਿਆ ਹੈ ਜਾਨੀ ਕਿ ਦੋਨਾਂ ਲਈ ਉਮਰ ਸੇਮ 66 ਸਾਲ ਤੱਕ ਕਰ ਦਿੱਤੀ ਗਈ ਹੈ ਤੇ ਪੈਨਸ਼ਨ ਦੀ ਜਿਹੜੀ ਅਦਾਇਗੀ ਰਕਮ ਹੈਗੀ ਆ 175 ਪੁਆਇੰਟ ਤੱਕ ਹੈ ਤੇ ਹਰੇਕ ਉਸ ਵਿਅਕਤੀ ਨੂੰ ਇਸਤਪਕਤਾਨ ਕੀਤਾ ਜਾਂਦਾ ਹੈ ਜਿਸਨੇ ਆਪਣੇ ਕਾਮਕਾਜੀ ਜੀਵਨ ਦੌਰਾਨ ਘੱਟੋ-ਘੱਟ ਦਾ ਸਾਲ ਲਈ ਰਾਸ਼ਟਰੀ ਬੀਮੇ ਦੇ ਵਿੱਚ ਯੋਗਦਾਨ ਪਾਇਆ ਹੈ ਇਸ ਤਰ੍ਹਾਂ ਹੁਣ ਪੈਨਸ਼ਨ ਦਾ ਲਾਭ ਲੈਣ ਲਈ ਜਿਹੜੀ ਉਮਰ ਹੈਗੀ ਆ ਏਜ ਉਹ 60 ਸਾਲ ਦੀ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਜੋ ਕਿ ਤੋਂ ਏਵੀ ਨਿਊਜ਼ ਆ ਰਹੀ ਹੈ ਕਿ ਯੂਕੇ ਜਿਹੜੇ ਸ਼ਰਨਾਰਥੀ ਆ ਰਹੇ ਹੈ ਗੈਰਕਾਨੂੰਨੀ ਢੰਗ ਦੇ ਨਾਲ ਇਲੀਗਲ ਥਿੱਕੇ ਨਾਲ ਦਾਖਲ ਹੁੰਦੇ ਹਨ ਉਹਨਾਂ ਨੂੰ ਰੋਕਣ ਲਈ ਸਰਕਾਰ ਸਖਤ ਨਿਯਮ ਲਾਗੂ ਕਰੇਗੀ ਤੇ ਇਸ ਗੱਲ ਦਾ ਦਾਵਾ ਇੰਗਲੈਂਡ ਦੇ ਵਿੱਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੀਤਾ ਹੈ ਕਿ ਉਹਨਾਂ ਨੇ ਦੱਸ ਕਿਹਾ ਹੈ ਕਿ ਦੇਸ਼ ਦੇ ਵਿੱਚ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਰੋਕਣ ਤੇ ਟੁੱਟੀ ਹੋਈ ਸ਼ਰਨਾਰਥੀ ਪ੍ਰਣਾਲੀ ਨੂੰ ਜਲਦੀ ਠੀਕ ਕੀਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇਗਾ ਇਸ ਤੋਂ ਬਾਅਦ ਅਗਲੀ ਨਿਊਜ਼ ਯੂਐਸਏ ਤੋਂ ਆ ਰਹੀ ਹੈ ਯੂਐਸਏ ਦੇ ਵਿੱਚ ਇੱਕ ਇੰਡੋ ਅਮਰੀਕਨ ਲੇਡੀ ਸੀ ਉਸ ਨੂੰ ਮਤਲਬ ਸਜ਼ਾ ਮਿਲੀ ਹੈ ਕਿਉਂਕਿ ਉਹ ਜਿਹੜੇ ਉਹਦੇ ਡੋਮੈਸਟਿਕ ਵਰਕਰ ਸੀ ਉਹਨਾਂ ਤੋਂ ਬਹੁਤ ਜ਼ਿਆਦਾ ਕੰਮ ਕਰਵਾਉਂਦੀ ਸੀ ਇਹ ਖਬਰ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਭਾਰਤੀ ਅਮਰੀਕੀ ਲੇਡੀ ਦੀ ਹੈ ਜੋ ਕਿ ਘਰੇਲੂ ਸਹਾਇਕਾਂ ਤੋਂ ਘੱਟੋ ਘੱਟ ਤਨਖਾਹ ਦੇ ਵਿੱਚ 18 ਘੰਟੇ ਕੰਮ ਕਰਵਾਉਂਦੀ ਸੀ ਉਹਨਾਂ ਨੂੰ ਡਰਾਉਣਾ ਧਮਕਾਉਂ ਤੇ ਕੁੱਟਣ ਦੇ ਮਾਮਲੇ ਵਿੱਚ 15 ਸਾਲ ਦੀ ਉਸ ਨੂੰ ਸਜ਼ਾ ਦਿੱਤੀ ਗਈ ਹੈ ਇਸ ਦੇ ਵਿੱਚ ਉਸਾਰਤੀ ਵੀ ਸ਼ਾਮਲ ਹੈ ਤੇ ਉਸ ਨੂੰ ਵੀ ਦੋਸ਼ੀ ਪਾਇਆ ਗਿਆ ਹੈ ਤੇ ਉਸ ਨੂੰ 22 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਅਦਾਲਤ ਵਿੱਚ ਪੇਸ਼ ਕੀਤੇ ਗਏ ਡਾਕੂਮੈਂਟ ਦੇ ਮਤਾਂਕ ਫਰਵਰੀ 2014 ਤੋਂ ਲੈ ਕੇ ਅਕਤੂਬਰ 2016 ਦੇ ਵਿੱਚ ਦੋਨਾਂ ਨੇ ਵਿਦੇਸ਼ਾਂ ਤੋਂ ਘਰੇਲੂ ਕੰਮ ਕਰਵਾਉਣ ਲਈ ਲੋਕਾਂ ਨੂੰ ਲਿਆਉਂਦਾ ਸੀ। ਇੰਟਰਨੈਟ ਤੇ ਭਾਰਤ ਦੇ ਅਖਬਾਰ ਦੇ ਵਿੱਚ ਕਾਮਯਾਬੀ ਮੰਗ ਵਾਲੇ ਇਸ਼ਤਿਹਾਰਾਂ ਵਿੱਚ ਉਹਨਾਂ ਦੇ ਮਜ਼ਦੂਰੀ ਅਤੇ ਰੋਜ਼ਗਾਰ ਲਈ ਸ਼ਰਤਾਂ ਦੇ ਬਾਰੇ ਝੂਠੇ ਦਾਅਵੇ ਕੀਤੇ ਸਨ। ਤੇ ਸੰਘੀ ਵਕੀਲਾ ਨੇ ਦੋਸ਼ ਲਗਾਇਆ ਹੈ ਕਿ ਜਿਹੜੇ ਵਰਕਰ ਇੱਥੇ ਆਉਂਦੇ ਸੀ ਉਹਨਾਂ ਦੇ ਨਾਲ ਇਹ ਦੋਨੋਂ ਜਿਹੜੇ ਪਤੀ ਪਤਨੀ ਸੀ ਇੱਕ ਦਿਨ ਦੇ ਵਿੱਚ 18 ਘੰਟੇ ਕੰਮ ਕਰਵਾਉਂਦੇ ਸੀ ਤੇ ਉਹਨਾਂ ਨੂੰ ਉਚਿਤ ਖੁਰਾਕ ਤੇ ਆਰਾਮ ਵੀ ਨਹੀਂ ਦਿੱਤਾ ਜਾਂਦਾ ਸੀ ਇਸ ਤੋਂ ਬਾਅਦ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ H1B ਵੀਜ਼ਾ ਤੇ ਨਵੀਆਂ ਬੰਦੀਆਂ ਦਾ ਐਲਾਨ ਕੀਤਾ ਹੈ ਅਮਰੀਕੀ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਅਮਰੀਕੀ ਵਰਕਰਾਂ ਦੀ ਸੁਰੱਖਿਆ ਅਖੰਡਤਾ ਤੇ ਬਹਾਲੀ ਦੇ ਲਈ ਉਨਾਂ ਨੂੰ ਇਸ ਗੱਲ ਦਾ ਪ੍ਰੋਸਟਾ ਦਿਵਾਉਣ ਲਈ ਕੀਤਾ ਗਿਆ ਹੈ ਕਿ H1B H1B ਵੀਜ਼ਾ ਦੇ ਲਈ ਸਿਰਫ ਜੋਗਲਾਬ ਪਾਰਟੀਆਂ ਤੇ ਵਿਨੇਕਾਰਾਂ ਦੀ ਅਰਜੀ ਨੂੰ ਹੀ ਮੰਜ਼ੂਰੀ ਦਿੱਤੀ ਜਾਵੇਗੀ ਤੇ ਇਸ ਫੈਸਲੇ ਦੇ ਨਾਲ ਹਜ਼ਾਰਾਂ ਭਾਰਤੀਆਂ ਜਿਹੜੇ ਆਈਟੀ ਪੇਸ਼ਾਵਰਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ H1B ਵੀਜ਼ਾ ਇੱਕ ਪ੍ਰਵਾਸੀ ਵੀਜ਼ਾ ਹੈ ਜੋ ਕਿ ਅਮਰੀਕਨ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਮਹੇਸ਼ੇਸ਼ ਕਾਰੋਬਾਰਾਂ ਵਿੱਚ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਨੂੰ ਕਿਸੇ ਤਕਨੀਕੀ ਮਹਾਰਾ ਦੀ ਲੋੜ ਹੁੰਦੀ ਹੈ ਇਸ ਵੀਜ਼ੇ ਦੇ ذریعے ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚੀਨ جیسے ਦੇਸ਼ਾਂ ਤੋਂ ਹਰ ਇੱਕ ਸਾਲ ਕਾਫੀ ਜ਼ਿਆਦਾ ਕਰਮਚਾਰੀ ਤੇ ਦੀ ਭਰਤੀ ਕਰਦੀ ਹੈ ਇਸ ਸਾਲ 2019 ਦੇ ਅੰਤ ਤੱਕ ਅਮਰੀਕਾ ਦੇ ਵਿੱਚ ਲਗਭਗ 1.3 ਲੱਖ ਭਾਰਤੀ H1B ਕਰਮਚਾਰੀ ਹਨ ਤੇ ਭਾਰਤੀ ਹਰ ਸਾਲ ਜਾਰੀ ਕੀਤੇ 85000 H1B ਵੀਜ਼ੇ ਦੇ ਸਭ ਤੋਂ ਵੱਡੇ ਲਾਭਪਾਤਰ ਹਨ ਇੱਥੇ ਤੁਹਾਨੂੰ ਦੱਸ ਦਈਏ ਕਿ ਯੂਐਸਏ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 43660 ਕੇਸ ਆਏ ਹਨ ਨਵੇਂ ਤੇ 790 ਡੈਥ ਹੋਈਆਂ ਹਨ ਤੇ ਯੂਕੇ ਦੇ ਵਿੱਚ 14542 ਕੇਸ ਆਏ ਹਨ ਤੇ 76 ਡੈਥ ਹੋਈਆਂ ਹਨ ਤੇ ਕੈਨੇਡਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 2363 ਨਵੇਂ ਕੇਸ ਆਏ ਹਨ ਤੇ 26 ਨੈਤੋਂ ਯਹਾਂ ਇਸ ਤੋਂ ਬਾਅਦ ਅਗਲੀ ਨਿਊਜ਼ ਕੈਨੇਡਾ ਤੋਂ ਹੈ ਕੈਨੇਡਾ ਦੇ ਸਰੀ ਇਲਾਕੇ ਦੇ ਵਿੱਚ ਇੱਕ ਤੋਂ ਦੁਖ ਭਰੀ ਖਬਰ ਆਈ ਹੈ ਇੱਥੇ ਦੇ ਸ਼ੈਰ ਸਰੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਪੱਬਜੀ ਸਿੰਘ ਔਜਲਾ ਦੇ ਚੀਲ ਦੇ ਵਿੱਚ ਟੁੱਪਨ ਕਰਕੇ ਮੌਤ ਹੋ ਗਈ ਹੈ ਤੇ ਉਸ ਦੀ ਉਮਰ 37 ਸਾਲਾਂ ਦੀ ਸੀ ਉੱਥੇ ਦੀ ਪੁਲਿਸ ਦੇ ਮਤਲਬ ਪੱਬਜੀ ਸਿੰਘ ਕੁੜੀ ਦੇ ਨਾਲ ਪਾਣੀ ਦੇ ਵਿੱਚ ਚੱਲਣ ਵਾਲੇ ਸਕੂਟਰ ਤੇ ਸਵਾਰ ਹੋ ਕੇ મેપલ રિજ ਦੀ એલ્યુટ ચીલ ਵਿੱਚ ચાલ ਰિયા ਸੀ ਤੇ સ્કૂટર બેકાબૂ હો ગયા ਤੇ પાણી ਵਿੱਚ ઉલટ ਗਿਆ ਤੇ ਉੱਥੇ ਦੇ ਮੌਜੂਦ ਲੋਕਾਂ ਨੇ ਉਹਨਾਂ ਦੋਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕੋਲ ਲੜਕੀ ਨੂੰ ਤਾਂ ਬਚਾ ਲਿੱਤਾ ਗਿਆ ਪਰ ਪਬਜੀ ਨੂੰ ਨਹੀਂ ਬਚਾਇਆ ਜਾ ਸਕਿਆ ਇਹ ચીਲ 500 ਮੀਟਰ ਡੂੰਗੀ ਹੈ ਤੇ ਇਸ ਵਿੱਚ ਕਾਫੀ ਜ਼ਿਆਦਾ ਚੜਾਨਾ ਹੋਣ ਕਰਕੇ ਇਸ ਲਾਸ਼ ਨੂੰ ਲੱਭਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਤੇ ਹਾਲੇ ਤੱਕ ਪਬਜੀ ਸਿੰਘ ਦੀ ਲਾਸ਼ ਨਹੀਂ ਮਿਲੀ ਹੈ ਇਹ ਤੇ ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ 5 ਮਹੀਨਿਆਂ ਤੋਂ 35 ਜਾਣਿਆਂ ਦੀ ਪਾਣੀ ਵਿੱਚ ਰੁਬਬਨਾ ਮੌਤ ਹੋ ਚੁੱਕੀ ਹੈ ਤੇ ਇਹਨਾਂ ਵਿੱਚੋਂ ਬਹੁਤ ਸਾਰੇ ਪੰਜਾਬੀ ਵੀ ਸਨ ਇਸ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਖੁਸ਼ਖਬਰੀ ਹੈ ਕਿ ਇੱਥੇ ਲੋਕ ਆਪਣੇ ਪਰਿਵਾਰ ਵਾਲਿਆਂ ਨੂੰ ਹੁਣ ਬੁਲਾ ਸਕਣਗੇ ਹੁਣ 13 ਅਕਤੂਬਰ ਤੋਂ 3 ਨਵੰਬਰ ਤੱਕ ਪੇਰੈਂਟਸ अपने मतलब कि वो दाद के नानकियां पक्की इमीग्रेष्न अपलाई करने वाले प्रोग्राम मुड़ खोलिया जाएगा तो इस तो पहला कई बार इस प्रोग्राम की तरीक लगाया गया इसका ऐलान देश के मंत्री ने किया है उन्होंने दसिया कि बीते साल लॉटरी सिस्टम खत्म करके पहलना अप्लाई करने थी पहल अपलाई वाले व्यक्ति की अर्जी में पहल आधार पर मतलब सिस्टम लिया सिस्टम कामयाब नहीं हो सकया इस कारण ये भी है कि लोग वैबसाइट पर अपलाई करने के लिए बैठे रहेंदे तैयार से इस करके बहुत जल्दी कोटा पूरा हो जाता सकई रोकी रह जाते सन इस करके लॉटरी सिस्टम द्वारा लागू कर दिया गया है 13 ਅਕਤੂਬਰ ਤੋਂ ਬਾਅਦ ਅਗਲੇ 3 ਹਫ਼ਤਿਆਂ ਦੇ ਦੌਰਾਨ ਆਨਲਾਈਨ ਮਿਲਣ ਵਾਲੇ ਫਾਰਮਾਂ ਵਿੱਚ ਕੰਪਿਊਟਰ ਰਾਹੀਂ ਡਰਾਅ ਕੱਢ ਕੇ 10,000 ਵਿਅਕਤੀਆਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕੈਨੇਡਾ ਦੇ ਐਡਮਿੰਟਨ ਜ਼ੋਨ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕਾਫੀ ਐਕਟਿਵ ਕੇਸ ਆ ਰਹੇ ਹਨ। ਇੱਥੇ ਲਗਦਾ ਐਕਟਿਵ ਕੇਸ ਵਧਦੇ ਜਾ ਰਹੇ ਹਨ। ਅਲਬਰਟਾ ਸੂਬੇ ਦੇ ਵਿੱਚ 1900 ਐਕਟਿਵ ਮਾਮਲੇ ਹਨ ਤੇ ਇਹਨਾਂ ਵਿੱਚੋਂ 1300 ਮਾਮਲੇ ਐਡਮਿੰਟਨ ਜ਼ੋਨ ਦੇ ਵਿੱਚੋਂ ਹਨ। इस तद तो आप देखते इटली इटली हज़ार छे सौ सतर केस आए सन पिछले चौबीस घंटे दे अठाई डैथ हुई हैं इटली तो खबर आ रही है कि इटली के जिला ब्रिशिया के शहर डेलो दे डेथ होने का समाचार प्राप्त होया है एक जानकारी के मुताबिक इस इंडियन इंजन सठती साल इसका नाम संदीप सिंह से जो ये काम कर रहा है अचानक इसकी छाती के दर्द होया तो जिसके कारण कुछ ही दिन बाद कुछ ही देर बाद धरती से दे डिग पाया उसकी मौत हो गई तो डॉक्टरों ने दसिया है कि देत का कारण हार्ट अटैक दसिया है तो मृतक अपने पिछे तीन बच्चे अपनी पत्नी न छट गया है इस तो बाद अगली न्यूज़ इटली तो आ रही है इटली नव दिखरे तो आया है जिस दे अकोडिंग इटली देखे मास्क है वह खुले दे बिल्कुल अबलेगा कर दिए गए हैं जरूरी कर दते गए हैं तो इकती जनवरी भी सौ इक्की तक स्टेट एमरजेंसी लगा दिखती गई है तो कल तो मास्क खुले दे जरूरी कर गए हैं। जो मास्क नहीं पाएगा उसनों चार सौ तो लैके हज़ार जूरो तक जुर्माना हो सकता है तो इस तो बाद अगली न्यूज़ ये आ रही है कि जिस तरह कह की कि इटालीयन पासपोर्ट का टाइम चार साल का है तो हूँ ये चार साल तो घटा के तीन साल का कर देता गया है इस तो बाद अगली न्यूज़ सिंगापुर तो आ रही है सिगापुर వైరస్ ਮਹਮਾਰੀ ਦੇ ਦੌਰਾਨ ਲੋਕਾਂ ਨੂੰ ਮਤਲਬ ਕਿ ਬੱਚੇ ਪੈਦਾ ਕਰਨ ਲਈ ਪੈਸੇ ਦਿੱਤੇ ਜਾ ਰਹੇ ਹਨ 코로나 వైరస్ ਮਹਮਾਰੀ ਦੇ ਦੌਰਾਨ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਚਾਹਤ ਕਰਨ ਦੇ ਲਈ ਸਰਕਾਰ ਪੈਸੇ ਦੇਣ ਦੀ ਪੇਸ਼ਕਸ਼ ਕਰ ਰਹੀ ਹੈ 코로나 ਕਰਕੇ ਆਮ ਜਨਤਾ ਨੌਕਰੀ ਦੀ ਮਤਲਬ ਜਾਣ ਕਰਕੇ ਉਹਨਾਂ ਦੀ ਹਾਲ ਆਰਥਿਕ ਹਾਲਤ ਕਮਜ਼ੋਰ ਹੋ ਰਹੀ ਹੈ ਜਿਸ ਕਰਕੇ ਲੋਕ ਆਪਣੇ ਪਰਿਵਾਰ ਨੂੰ ਨਹੀਂ ਵਧਾ ਰਹੇ ਤੇ ਚਿੰਤਾ ਤੇ ਤਣਾਵ ਨੂੰ ਦੂਰ ਕਰਨ ਲਈ ਸਰਕਾਰ ਨੇ ਕਦਮ ਚੁੱਕਿਆ ਹੈ ਤੇ ਉਹ ਉਹਨਾਂ ਨੇ ਇਹ ਕਦਮ ਇਸ ਲਈ ਇਸ ਲਈ ਚੁੱਕਿਆ ਹੈ ਤਾਂ ਕਿ ਉਹਨਾਂ ਦੀ ਆਰਕਤਾ ਨੂੰ ਮਤਲਬ ਕਿ ਟੈਨਸ਼ਨ ਜਿਹੜੀ ਦੂਰ ਕੀਤੀ ਜਾ ਸਕੇ ਤੇ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਦਾ ਬੇਰਵਾਜੇ ਤੱਕ ਨਹੀਂ ਜਾਰੀ ਕੀਤਾ ਤੇ ਇਹ ਰਾਸ਼ੀ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਕਈ ਛੋਟੇ ਬੇਬੀ ਬੋਨਸ ਤੋਂ ਇਲਾਵਾ ਹੋਵੇਗੀ ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਘੱਟ ਜਨਮਦਾਰ ਸਿੰਗਾਪੁਰ ਦੇ ਵਿੱਚ ਹੈ ਤੇ ਸਿੰਗਾਪੁਰ ਦੀ ਜਿਹੜੀ ਹੁਣ ਤੱਕ ਮੌਜੂਦਾ ਬੇਬੀ ਬੋਨਸ ਮਿਲੇ ਹੈ ਉਸ ਦੇ ਤਹਿਤ ਮਾਤਾ ਪਿਤਾ ਨੂੰ 10000 ਸਿੰਗਾਪੁਰ ਕਰੰਸੀ ਲਗਭਗ 5.50 ਲੱਖ ਰੁਪਏ ਪ੍ਰਦਾਨ ਕੀਤੀ ਜਾਂਦੀ ਹੈ ਇੰਡੀਆ ਦੇ ਅਕੋਰਡਿੰਗ आप देखते हैं फ्रांस फ्रांस के पिछले चौबीस घंटे दस हज़ार चार सौ उन्नवे केस आए थे छिया छियाहठ डैथ हुई हैं तो सऊद अरब चार सौ सत्तर नवे केस से पच्ची डैथ हुई हैं जर्मनी में दो हज़ार चार सौ बताली बाहठ केस से उन्नी डैथ हुई है नीदरलैंड चार हज़ार था पाँच सौ अठाई केस आए हैं तो इक्की डैथ हुई हैं बेल्जियम एक हज़ार नौ सौ अठाठ केस से चौदह डैथ हुई हैं कतर दो सौ इकवंजा केस आए हैं दो हज़ार तीन सौ छत्ती केस से अठवंजा डैथ हुई हैं ओमान अठ सौ चौंती केस डैथ हुई है स्वीडन पाँच सौ एक केस से एक डैथ हुई है इसके बाद पुरतगाल चार सौ सताई केस से चौदह डैथ हुई है तो सिंगापुर ग्यारह केस आए हैं पिछले चौबीस घंटे में स्विटजरलैंड सत्त सौ केस से ते तीन ते डैथ हुई हैं आसट्रेलिया नौ सौ तेई केस से ते चार डैथ हुई है तो आस्ट्रेलिया ਆਪਾਂ ਦੇਖਦੇ ਕਿੰਨੇ ਕੇਸ ਆਏ ਹਨ ਇਹ 25 ਕੇਸ ਤੇ ਇੱਕ ਡੈਥ ਹੋਈ ਹੈ ਤੇ ਡੈਨਮਾਰਕ ਦੇ ਵਿੱਚ 322 ਕੇਸ ਤੇ 6 ਡੈਥ ਹੋਈਆਂ ਨੇ ਇਸ ਦਿਨ ਵਾਲੀ ਵੀਡੀਓ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ